तुसी वेख रहे हो अज्ज दा मुद्दा। मैं हाँ तुहाड़े नाल हरकीरत सिंह आलूवालिया। नॉर्थ अमेरिका दे विच वसदे सारे दर्शकों नूं प्यार अते अदब सहित सत श्री अकाल। कोशिश इस मंच की हमेशा होंदी है, सारे उन्हां मसलियां दी असीं गल करदे हां, भावें उह मसला सियासी होवे, भावें उह मसला लोकल पद्धर ते अमेरिका की गल करिए, तां इत्थों दे जिहड़े इशूज़ ने उहनां नूं असीं इस मंच दे उत्ते रखदे हां। भावें मसले साडे मदरलैंड दे होण, पंजाब दे होण, जां फिर इंडिया दे वख वख स्टेटां दे होण, तां कोशिश होंदी है कि इहनां सारे मसलों नूं इस मंच के उत्ते रख रखिए, और इसे नूं कहिंदे असीं अज दा मुद्दा। और अज दा मुद्दा की है जानना साडे लई जरूरी भी होएगा, सोचना भी होएगा, और उत्ते विचार करना भी साडे लई बहुत जरूरी है। और जद गल सियासी मसलों की होंदी है तां हमेशा कई सारी तकरार असीं सुणदे हां, कई सारे विचार असीं इस मंच के उत्ते सुणदे हां। तुसीं भी फोन करके अपने प्रतिक्रम साडे नाल सांझे कर दिओ। अज जिहड़ा अहम विशा साडे लई सब तो जरूरी है, ਉਹ ਇਹ ਹੈਗਾ ਕਿ ਜਿੱਥੇ ਲੰਬੇ ਸਮੇਂ ਤੋਂ 1920 ਦੀ ਅਗਰ ਅਸੀਂ ਗੱਲ ਕਰੀਏ, ਜਦ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ, ਔਰ 1920 ਦੇ ਵਿੱਚ ਅਗਰ ਮੈਂ ਪੰਜਾਬ ਦੀ ਗੱਲ ਕਰਾਂ, ਤਾਂ ਇੱਕ ਅਜਿਹੀ ਪਾਰਟੀ ਹੋਣ ਦੇ ਵਿੱਚ ਆਈ ਜਿਸ ਤੋਂ ਸਾਡੀਆਂ ਉਮੀਦਾਂ ਸੀਗੀਆਂ, ਜਿਸ ਤੋਂ ਸਾਨੂੰ ਭਵਿੱਖ ਨਜ਼ਰ ਆਉਂਦਾ ਸੀਗਾ ਪੰਜਾਬ ਦਾ। 1920 ਤੋਂ ਲੈ ਕੇ 2020, ਯਾਨੀ ਕਿ ਲਗਭਗ 100 ਸਾਲ ਪੂਰੇ ਹੋ ਚੁੱਕੇ ਨੇ। ਜੀ ਹਾਂ, ਮੈਂ ਗੱਲ ਇੱਥੇ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਿਹਾ, ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਅਗਰ ਅਸੀਂ ਕਰੀਏ, ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਕਈ ਸਾਰੇ ਮੋਰਚੇ ਵੀ ਜਿਹੜੇ ਨੇ ਉਹ ਹੋਣ ਦੇ ਵਿੱਚ ਆਏ। ਉਹਨਾਂ ਮੋਰਚਿਆਂ ਦੇ ਵਿੱਚ ਤੁਸੀਂ ਵੀ ਜ਼ਰੂਰ ਆਪਣੀ ਭਾਗੀਦਾਰੀ ਜਿਹੜੀ ਹੈ ਨਿਭਾਈ ਹੋਣੀ ਹੈ, ਤੁਸੀਂ ਪਾਰਟ ਲਿੱਤਾ ਹੋਣਾ। ਪਰ ਉਹ ਮੋਰਚੇ ਜਦ ਉਸ ਟਾਈਮ ਲੱਗਦੇ ਸੀਗੇ, ਉਹਨਾਂ ਮੋਰਚਿਆਂ ਦੇ ਵਿੱਚ ਅਸੀਂ ਕੀ ਕੁਝ ਫਤਿਹ ਕਰਕੇ ਆਉਂਦੇ ਸੀਗੇ, ਸਰਕਾਰਾਂ ਦੇ ਉੱਤੇ ਕੀ ਦਬਾਅ ਪਾਉਂਦੇ ਸੀਗੇ, ਕੀ ਪ੍ਰੈਸ਼ਰ ਪਾਉਂਦੇ ਸੀਗੇ, ਔਰ ਸਾਡੇ ਜਿਹੜੇ ਇਸ਼ੂਜ਼ ਸੀਗੇ ਉਹ ਪੂਰੇ ਹੁੰਦੇ ਸੀਗੇ। ਪਰ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਕਿੱਥੇ ਸਟੈਂਡ ਕਰਦੀ ਹੈ? ਕੀ ਹੁਣ ਦੋ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਹੋ ਗਈਆਂ ਹਨ? ਕੱਲ੍ਹ ਜਦ ਅਸੀਂ ਇਹ ਖਬਰ ਸੁਣੀ ਕਿ ਢੀਂਡਸਾ ਪਰਿਵਾਰ ਦੀ ਗੱਲ ਕਰ ਲਈਏ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਹੋਰਾਂ ਨੂੰ ਪ੍ਰਧਾਨ ਬਕਾਇਦਾ ਜਿਹੜਾ ਬਣਾਇਆ ਜਾਂਦਾ, ਸੁਖਦੇਵ ਸਿੰਘ ਢੀਂਡਸਾ ਬਿਆਨ ਵੀ ਦਿੰਦੇ ਹਨ ਕਿ ਇਹ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਵੇਗੀ, ਔਰ ਇਹ ਸਿੱਖਾਂ ਦੀ ਗੱਲ ਕਰੇਗੀ। ਔਰ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਪ੍ਰਧਾਨ ਹੈਗਾ ਸੁਖਬੀਰ ਬਾਦਲ ਹੋਰਾਂ ਨੂੰ ਹਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਲੰਟੀਅਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਕਾਰਕੁਨ ਸੀਗੇ ਉਹਨਾਂ ਨੇ ਇਸ ਬਾਕਾਇਦਾ ਮੀਟਿੰਗ ਦੇ ਵਿੱਚ ਹਿਮਾਇਤ ਕੀਤੀ, ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਸੁਖਦੇਵ ਸਿੰਘ ਢੀਂਡਸਾ, ਜਾਣੀ ਕਿ ਉਹਨਾਂ ਨੇ ਮੈਨੂੰ ਉਹਨਾਂ ਦਾ ਆਪ ਦਾ ਬਿਆਨ ਸੀਗਾ ਕਿ ਪ੍ਰਧਾਨ ਜਿਹੜਾ ਉਹ ਚੁਣਿਆ ਗਿਆ। ਪਰ ਜਿਹੜੀ ਇਹ ਕਨਫਿਊਜ਼ਨ ਅਸੀਂ ਅਗਰ ਕਹਿ ਲਈਏ ਕਿ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੁਣ ਦੋ ਹੋਣਗੀ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ ਇੱਕ ਤਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਬਾਦਲ ਅਸੀਂ ਸੁਣਦੇ ਹੀ ਹਾਂ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਸੀਂ ਕੀ ਕਹੀਏ, ਢੀਂਡਸਾ ਕਹੀਏ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕੁਝ ਹੋਰ ਨਾਮ ਦੇਈਏ, ਆਹ ਇੱਕ ਕਨਫਿਊਜ਼ਨ ਜ਼ਰੂਰ ਕ੍ਰੀਏਟ ਹੋਏਗੀ। ਔਰ ਟਕਸਾਲੀ ਆਗੂਆਂ ਦੀ ਅਗਰ ਅਸੀਂ ਗੱਲ ਕਰ ਲਈਏ, ਤਾਂ ਟਕਸਾਲੀ ਆਗੂਆਂ ਦੇ ਵਿੱਚ ਕਿਹੜੇ ਕਿਹੜੇ ਆਗੂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨਵੇਂ ਥਾਪੇ ਗਏ ਨੇ ਢੀਂਡਸਾ ਜੀ, ਉਹਨਾਂ ਦੇ ਨਾਲ ਕੌਣ ਹਿਮਾਇਤ ਕਰ ਰਿਹਾ? ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜਿਹੜੇ ਸੀਨੀਅਰ ਲੀਡਰਸ ਨੇ, ਜਿਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਦਲਜੀਤ ਸਿੰਘ ਚੀਮਾ, ਜਿਹਦੇ ਵਿੱਚ ਖੁਦ ਆਪ ਸੁਖਬੀਰ ਬਾਦਲ, ਉਹਨਾਂ ਦੀ ਪੂਰੀ ਬਾਕਾਇਦਾ ਟੀਮ, ਬੀਬੀ ਹਰਸਿਮਰਤ ਕੌਰ, ਆਹ ਜਿਹੜੀ ਇੱਕ ਟੀਮ ਇਸ ਪਾਸੇ ਖੜ੍ਹੀ ਹੈ, ਔਰ ਇੱਕ ਟੀਮ ਹੁਣ ਜਿਹੜੀ ਢੀਂਡਸਾ ਪਰਿਵਾਰ ਜਾਂ ਫਿਰ ਢੀਂਡਸਾ ਹੋਰਾਂ ਦੇ ਨਾਲ ਖੜ੍ਹੀ ਹੈ, ਜਾਂ ਫਿਰ ਇੱਕ ਤੀਜੀ ਟੀਮ ਜਿਹਨੂੰ ਅਸੀਂ ਟਕਸਾਲੀ ਆਗੂ ਕਹਿ ਰਹੇ ਹਾਂ, ਇਹ ਇੱਕ ਦੁਚਿੱਤੀ ਜਿਹੜੀ ਹੈਗੀ ਹੈ, ਕਨਫਿਊਜ਼ਨ ਜਿਹੜੀ ਹੈ ਕ੍ਰੀਏਟ ਹੋ ਗਈ ਆ। ਪਰ ਇਹਨਾਂ ਸਾਰੀਆਂ ਤੋਂ NRI ਭਰਾਵਾਂ ਨੂੰ ਕੀ ਸਬਕ ਲੈਣ ਦੀ ਲੋੜ ਹੈਗੀ ਹੈ? ਸਾਨੂੰ ਪੰਜਾਬ ਦੀ ਜਦ ਪੋਲੀਟਿਕਸ ਦੀ ਗੱਲ ਹੁੰਦੀ ਹੈ, ਪੰਜਾਬ ਦੀ ਜਦ ਸਿਆਸਤ ਦੀ ਗੱਲ ਹੁੰਦੀ ਹੈ, ਸਾਨੂੰ ਕਿਸ ਪਾਸੇ ਤੁਰਨਾ ਹੈ? ਇੱਕ ਵੱਡਾ ਸਵਾਲ ਬਣਦਾ। ਸਵਾਲ ਇੱਥੇ ਇਹ ਬਣਦਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਨਵੀਂ ਪਾਰਟੀ ਉਲੀਕੀ ਗਈ ਹੈ, ਆ BJP ਦੀ ਪਲਾਨ B ਹੋ ਸਕਦੀ ਹੈ? ਦੂਜਾ ਸਵਾਲ ਇੱਥੇ ਇਹ ਬਣਦਾ, ਤੀਜਾ ਸਵਾਲ ਇੱਥੇ ਇਹ ਬਣਦਾ ਕਿ ਜਾਂ ਫਿਰ ਪੰਜਾਬ ਕਾਂਗਰਸ ਦੀ ਅਗਰ ਅਸੀਂ ਗੱਲ ਕਰ ਲਈਏ, ਜਾਂ ਫਿਰ ਉਹਨਾਂ ਦੀ ਇਹ ਟੀਮ ਜਿਹੜੀ ਹੈਗੀ ਹੈ, B ਟੀਮ ਹੈਗੀ ਹੈ, ਤਾਂ ਕਿ ਜਿਹੜਾ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ, ਉਸ ਦਬਦਬੇ ਨੂੰ ਘੱਟ ਕਰਨ ਦੀ ਕੋਸ਼ਿਸ਼, ਜਾਂ ਫਿਰ ਉਸ ਦਬਦਬੇ ਨੂੰ ਹਟਾਉਣ ਦੀ ਕਵਾਇਦ ਬਾਕਾਇਦਾ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਢੀਂਡਸਾ, ਜਾਣੀ ਕਿ ਜਿਹੜੀ ਇਹ ਨਵੀਂ ਪਾਰਟੀ ਉਲੀਕੀ ਗਈ ਹੈ, ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਉਹਨਾਂ ਨੂੰ ਅੱਗੇ ਕੀਤਾ ਜਾ ਰਿਹਾ, ਤਾਂ ਕਿ ਇਹ ਪਾਵਰ ਘੱਟ ਹੋਏ। ਇਹਨਾਂ ਤਮਾਮ ਸਵਾਲਾਂ ਦੇ ਉੱਤੇ ਚਰਚਾ ਕਰਨੀ ਬਣਦੀ ਹੈ। ਐਜ਼ ਐਨ NRI ਸਾਨੂੰ ਕੀ ਸਬਕ ਲੈਣ ਦੀ ਲੋੜ ਹੈ ਕਿ ਵਾਕਈ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਜਿਹੜੀ ਨਵੀਂ ਉਲੀਕੀ ਗਈ ਸ਼੍ਰੋਮਣੀ ਅਕਾਲੀ ਦਲ ਹੈ, ਉਹ ਸੀਰੀਅਸ ਹੈ ਕਿ ਨਹੀਂ?
वो वचनबंध आने वाले समय के होगी कि नहीं होगी, या फिर ढींसा साहब न टकसाली आगुआं दे विच नाराज चल रहे ब्रह्मपुरा साहब नू भी नाल लाना चाहिदा सीगा, उस तो बाद फैसला लेना चाहिदा सीगा, या फिर आम आदमी पार्टी की तरह जिहड़ा एक एक्शन आम आदमी पार्टी के सुप्रीमो अरविंद केजरीवाल लेंदे सीगे कि मैं जनता से पूछूंगा, कि लगता कि आ स्टैप भी ढींसा होरां नू या फिर उन्हां दी पार्टी दे विच जिन्ने भी थिंक टैंक ने उन्हां नू इह सोचण दी लोड़ सीगी, एन आर आई भरावां नू भी जिहड़ा हैगा फेवर दे विच लैण दी लोड़ सीगी, एन आर आई भरावां नू भी पुछगिछ करन दी लोड़ सीगी कि असीं इह काम करन जा रहे हां, या फिर आप ही कई सारे सीनियर लीडरस नू वो एक मंच बनाउंदे उहदे विच बकायदा मीटिंग करदे उस तों बाद फैसला लिता जांदा। इन्नी जल्दबाजी क्यों कीती गई या फिर इन्नी छेती इह फैसला क्यों लिता गया, किस पार्टी दी इस नवी उलीकी गई श्रोमणी अकाली दल नू शैडो हैगी है, कौन इन्हां नू शैडो दे रहा, एक सवाल वड्डा इत्थे आ बणदा है। और एज एन हिमायती ऑफ पंजाब सानू की करना चाहिए, तमाम गैसट भी मेरे नाल मौजूद होणगे, इही अज दा मुद्दा, मिलदे हां ब्रेक तो बाद। ब्रेक तो बाद स्वागत है, गल श्रोमणी अकाली दल की हो रही है, केड़ी पार्टी हैगी है श्रोमणी अकाली दल, या फिर श्रोमणी अकाली दल बादल की गल करिए, या फिर श्रोमणी अकाली दल हुण जिहड़ी नवे थापे गए प्रधान ढींसा होरां दी गल करिए, एक कन्फ्यूजन आपां जरूर कह सकते हैं क्रिएट हाल फिलहाल दे विच होई है। और अलायंस अगर असीं गल करिए श्रोमणी अकाली दल दा जिहड़ा नवा अलायंस है या फिर ए उही पुराना अलायंस है जो कि पहला लंबे समय तो चलता आ रहा है, या फिर सुखबीर बादल होरां दा नवा अलायंस है, यह एक दुचित्ती पैदा हुई है, एन आर आई भरा इस बारे की सोचते हैं। और जब असीं अपने एन आर आई भरावां दी गल करते हैं अमेरिका दे विच रहिंदे आ ते इत्थे दी राजनीति और इत्थे दी राजनीति दे विच मौजूद श्रोमणी अकाली दल का की स्टैंड होगा, इस नूं लैके चर्चा करांगे। मेरे नाल पैनलिस्ट मौजूद ने, तुहानूं तारुफ करा दां, मेरे नाल भुपिंदर सिंह खालसा मौजूद ने, बुलारे ने श्रोमणी अकाली दल ढींसा, उत्थे दूजे पासे मेरे नाल मौजूद ने सतपाल बराड़ श्रोमणी अकाली दल बादल। मैं सदा सब तो पहले तुहानूं लैके चलदा भुपिंदर सिंह खालसा जी दे कोल और उन्हां तों जाणन दी कोशिश करदे आं। खालसा जी, सब तो पहला वाहिगुरू जी का खालसा वाहिगुरू जी की फतेह। आलूवालिया साहब वाहिगुरू जी का। सतपाल बराड़ जी, वाहिगुरू जी का खालसा वाहिगुरू जी की फतेह। जी मैं सब तो पहला सवाल भुपिंदर सिंह खालसा जी तो लेना चाहूंगा। भुपिंदर सिंह खालसा जी, की नाम हैगा तुहाडी पार्टी दा? श्रोमणी अकाली दल। सतपाल बराड़ जी, तुहाडी पार्टी दा नाम की है? श्रोमणी अकाली दल। भुपिंदर सिंह खालसा जी भी कह रहे हैं श्रोमणी अकाली दल, तुम भी कह रहे हो श्रोमणी अकाली दल, सो असी किन्नू मनिए श्रोमणी अकाली दल? ਤੁਸੀਂ ਮੈਥੋਂ ਪੁੱਛ ਰਹੇ ਹੋ ਜਾਂ ਇਹਨਾਂ ਤੋਂ ਪੁੱਛ ਰਹੇ ਹੋ? ਪਹਿਲਾਂ ਮੈਂ ਤੁਹਾਡੇ ਤੋਂ ਪੁੱਛ ਲੈਣਾ, ਤੁਹਾਨੂੰ ਮੰਨੀਏ ਕਿ ਉਹਨਾਂ ਨੂੰ ਮੰਨੀਏ? ਹਾਂਜੀ, ਆਜਵਾਲੀਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ, ਹਮੇਸ਼ਾ ਇੱਕ ਰਿਹਾ ਔਰ ਇੱਕ ਰਹੇਗਾ। ਜੀ, ਸ਼੍ਰੋਮਣੀ ਅਕਾਲੀ ਦਲ ਦਾ 100 ਸਾਲ ਤੋਂ ਵੱਧ ਪੁਰਾਣਾ ਇਤਿਹਾਸ ਹੈ। ਜੀ, ਉਹਦੇ ਉਸੇ ਕੜੀ ਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਕਾਇਦਾ ਡੈਲੀਗੇਟਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਉਹਨਾਂ ਨੂੰ ਚੁਣਿਆ ਗਿਆ ਔਰ ਉਹ ਜ਼ਿੰਮੇਵਾਰੀ ਨਿਭਾ ਰਹੇ ਹੈ। ਜੀ, ਜੇ ਕੋਈ ਉੱਠ ਕੇ ਆਪਦੀ ਮਰਜ਼ੀ ਦੇ ਨਾਲ ਰਾਤੋ ਰਾਤ ਅਕਾਲੀ ਦਲ ਬਣਾ ਦੇ ਤੇ ਆਪਦੇ ਆਪ ਨੂੰ ਪ੍ਰਧਾਨ ਐਲਾਨ ਕਰ ਦੇਵੇ ਤੇ 24 ਘੰਟੇ ਜਰਦੇ ਅਹੁਦੇਦਾਰ, ਅਸੀਂ ਤਾਂ ਕੋਈ ਸੁਣਿਆ ਨੀ ਕੋਈ ਅਹੁਦੇਦਾਰ ਜਿਹੜਾ ਅਨਾਊਂਸ ਕੀਤਾ, ਪਰ ਜੇ ਤੁਸੀਂ ਕਹਿੰਦੇ ਹੋ ਕੋਈ ਸਪੋਕਸਮੈਨ ਹੈ ਤਾਂ ਇਹ ਬੜੀ ਹਾਸੇ ਵਾਲੀ ਗੱਲ ਹੋਊਗੀ। ਸ਼੍ਰੋਮਣੀ ਅਕਾਲੀ ਦਲ ਲੋਕ ਲਹਿਰ ਚੋਂ ਧਰਮ ਦੀ ਰੱਖਿਆ ਲਈ ਪੰਜਾਬ ਪੰਜਾਬੀਅਤ ਦੇ ਪੰਜਾਬੀਅਤ ਸੰਘਰਸ਼ ਕਰਦਾ 100 ਸਾਲ ਤੋਂ ਪੁਰਾਣੇ ਮਾਣ ਮੱਤੇ ਇਤਿਹਾਸ ਨੂੰ ਜੋ ਗੁਜ਼ਰ ਕੇ ਲੱਖਾਂ ਸ਼ਹੀਦੀਆਂ ਦੇ ਕੇ ਬਣਿਆ, ਇਸ ਕਰਕੇ ਓਵਰ ਨਾਈਟ ਕਿਸੇ ਨਹੀਂ ਇਸ ਬਾਰੇ ਸਾਰੇ ਜਾਣਦੇ ਨੇ ਬਿਲਕੁਲ ਬਰਾੜ ਸਾਹਿਬ, ਉਹਦੇ ਜੋ ਅੱਗੇ ਬੰਦੇ ਉਹ ਹੋਣ ਆਫ ਕੋਰਸ ਜਿਹੜੇ ਹਰੇਕ ਹਫ਼ਤੇ ਪਾਰਟੀਆਂ ਬਦਲਦੇ ਹੋਣ, ਉਹ ਤੁਸੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਕਹਿ ਸਕਦੇ? ਹਾਂ, ਟੈਕਨੀਕਲੀ ਅਜੇ ਉਹਨਾਂ ਨੇ ਆਪਣਾ ਨਾਂ ਦਾ ਨਹੀਂ ਉਹਨਾਂ ਨੂੰ ਪਤਾ ਕੀ ਹੈ, ਜਿਹੜੇ ਆਪਦੇ ਨੂੰ ਡੈਮੋਕਰੇਟ ਕਹਿੰਦੇ ਆ ਕਦੇ ਕੁਛ, ਸ਼੍ਰੋਮਣੀ ਅਕਾਲੀ ਦਲ ਸਿਰਫ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ। ਭੁਪਿੰਦਰ ਸਿੰਘ ਖਾਲਸਾ ਜੀ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਹੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜਾ ਤੁਸੀਂ ਬਣਾਇਆ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ, ਤੁਹਾਡਾ ਸਟੈਂਡ? ਅਸੀਂ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਕੋਈ 20-25 ਸਾਲ ਤੋਂ ਬਾਅਦ ਜੇ ਅਸੀਂ ਥੋੜ੍ਹੀ ਜਿਹੀ ਇਹਨਾਂ ਨੂੰ ਯਾਦ ਦਿਵਾਈ ਆ
ये श्रोमणी अकाली दल बादल कहण तो कन्नी कतराउण लग पए आ और हुण इन्हां नूं श्रोमणी अकाली दल याद आ गया। सारी जनता जानती है, सारी लुकाई जानती है, सारा पंजाब जानता। हमेशा ही जदों कदी भी कोई फंक्शन हुंदा, मेरी 35-40 साल की सर्विस आ श्रोमणी अकाली दल दे विच, कदी किसे ने श्रोमणी अकाली दल का नाम नहीं लिया। हमेशा ही जे नारा भी लाया जाता है तो श्रोमणी अकाली दल बादल कह के ही लाया जाता है। जे जथेबंदी की लिस्ट आउंदी आ NRI वीरां दी ते उत्ते श्रोमणी अकाली दल बादल ही लिखिया आउंदा। जे कोई स्पोक्समैन अपने आप नूं लिखदा तो वह श्रोमणी अकाली दल बादल का स्पोक्समैन लिखदा, जे कोई प्रधान अपने आप नूं लिखदा तो वह श्रोमणी अकाली दल बादल का अपने आप नूं प्रधान लिखदा। मैं शुक्रगुजार हाँ ढींडसा साहब दा कि उन्होंने एक दिन दे विच ही इन्हां दीआं चीकां कढ़ा दित्तीआं और इन्हां नूं याद आ गया कि साडा असली नां जिहड़ा वह श्रोमणी अकाली दल आ। ये साडा पहला स्टैप जिहड़ा वह सानू बहुत ही सफलतापूर्वक जिहड़ा वह हल हुंदा नज़र आउंदा। असीं अरदास करदे हाँ कि इन्हां नूं जिहड़ा इन्हां ने श्रोमणी अकाली दल एलीमीनेट कर दिता और जिहड़ा कागजां दे विच ही रह गया सीगा उहनूं ही सुरजीत करन दा साडा मुख मकसद आ। ਵਾਹਿਗੁਰੂ ਅੱਗੇ ਅਰਦਾਸ ਇਹੋ ਆ ਕਿ ਉਹ ਦੁਬਾਰਾ ਤੋਂ ਸੁਰਜੀਤ ਹੋਵੇ। ਬਾਕੀ ਰਹਿ ਗਈ ਕਦਰਾਂ ਕੀਮਤਾਂ ਦੀ ਗੱਲ। ਮੈਂ ਆਲੂਵਾਲੀਆ ਜੀ ਬਰਾੜ ਸਾਹਿਬ ਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਜਦੋਂ ਆਪਾਂ ਸਾਰੀ ਗੱਡੀ ਲੀਓ ਲਾ ਦਿੰਦੇ ਹਾਂ, ਜਦੋਂ ਆਪਾਂ ਕਦਰਾਂ ਕੀਮਤਾਂ ਆਪ ਹੀ ਇੱਧਰ ਉੱਧਰ ਕਰ ਦਿੰਦੇ ਹਾਂ, ਜੇ ਕਿਸੇ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਨਾ ਤਾਂ ਉਸ ਅਹੁਦੇਦਾਰ ਨੂੰ ਪਹਿਲਾਂ ਕੋਈ ਨੋਟਿਸ ਦਿੱਤਾ ਜਾਂਦਾ। ਇਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਲਿਖਿਆ, ਫਿਰ ਉਸ ਦਾ ਜਵਾਬ ਲਿਆ ਜਾਂਦਾ, ਫਿਰ ਉਸ ਨੂੰ ਕੱਢਿਆ ਜਾਂਦਾ। ਇਵੇਂ ਕਦੇ ਨਹੀਂ ਸੀ ਹੋਇਆ ਸਾਡੀ ਲਾਈਫ ਦੇ ਵਿੱਚ, ਇਵੇਂ ਕਦੇ ਨਹੀਂ ਸੀ ਹੋਇਆ ਕਿ ਇੱਕ ਰੈਲੀ ਕਰਕੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਜਿਹੜਾ ਉਹ ਇਹ ਸਪੀਚ ਕਰੇ ਕਿ ਅੱਜ ਮੈਂ ਫਲਾਂ ਅਹੁਦੇਦਾਰ ਦਾ। ਭੁਪਿੰਦਰ ਸਿੰਘ ਖਾਲਸਾ ਜੀ ਬਿਲਕੁਲ, ਮੈਂ ਇੱਥੇ ਮੈਂ ਇੱਥੇ ਤੁਹਾਡੇ ਕੋਲ ਆਵਾਂਗਾ, ਗੱਲ ਪੂਰੀ ਹੋ ਲੈਣ ਦਿਓ, ਇਸ ਪੁਆਇੰਟ ਤੇ ਆਵਾਂਗਾ, ਗੱਲ ਇੱਥੋਂ ਪੂਰੀ ਹੋਊਗੀ ਫਿਰ ਹੀ ਅੱਗੇ ਚੱਲੂਗੀ। ਭੁਪਿੰਦਰ ਸਿੰਘ ਜੀ ਮੈਂ ਤੁਹਾਡੇ ਇਸ ਪੁਆਇੰਟ ਦੇ ਉੱਤੇ ਆਵਾਂਗਾ, ਲੇਕਿਨ ਪੰਜਾਬ ਦੀ ਜਨਤਾ, ਪੰਜਾਬ ਦੇ ਵੋਟਰ ਔਰ ਪੰਜਾਬ ਦੇ ਹਿਮਾਇਤੀ ਜਿਹੜੇ ਅੱਜ ਇੱਥੇ ਵਸੇ ਨੇ ਉਹ ਕਿਹਨੂੰ ਮੰਨਣ? ਤੁਹਾਡੇ ਕੋਲ ਜਿਹੜਾ ਇਲੈਕਸ਼ਨ ਸਿੰਬਲ ਹੈ ਤਕੜੀ ਰਹੇਗਾ ਤਾਂ ਕਿ ਫਿਰ ਅਸੀਂ ਮੰਨ ਸਕੀਏ ਕਿ ਹਾਂ ਇਹ ਤਕੜੀ ਵਾਲੀ ਜਿਹੜੀ ਹੈਗੀ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਹੈ। ਦੇਖੋ ਜਿਵੇਂ ਇਹਨਾਂ ਨੇ ਢੀਂਡਸਾ ਸਾਹਿਬ ਨੂੰ ਪਬਲਿਕਲੀ ਪਾਰਟੀ ਦੇ ਵਿੱਚੋਂ ਕੱਢਿਆ, ਉਸੇ ਤਰੀਕੇ ਦੇ ਨਾਲ ਹੀ ਠੀਕ 22-23 ਦਿਨ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਜਿੱਥੇ ਢੀਂਡਸਾ ਸਾਹਿਬ ਨੂੰ 12-13 ਹਜ਼ਾਰ ਬੰਦੇ ਦਾ ਇਕੱਠ ਕਰਕੇ ਇਹਨਾਂ ਨੇ ਕੱਢਿਆ ਸੀ, ਉੱਥੇ 25-30 ਹਜ਼ਾਰ ਬੰਦੇ ਦੀ ਰੈਲੀ ਕਰਕੇ ਉਹਨਾਂ ਹੀ ਵਰਕਰਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਤਿਲਾਂਜਲੀ ਦਿੱਤੀ, ਜਿਹੜਾ ਕਿ ਰਾਹ ਇਹਨਾਂ ਨੇ ਪਾਇਆ ਸੀਗਾ। ਠੀਕ ਹੈ, ਇਹ ਮੈਂ ਸਵਾਲ ਲੈ ਲੈਣਾ, ਮੈਂ ਸਤਪਾਲ ਬਰਾੜ ਜੀ ਤੋਂ ਲੈ ਲੈਣਾ, ਉਹਨਾਂ ਦੀ ਤੁਹਾਡੀ ਆਵਾਜ਼ ਉਹਨਾਂ ਦੇ ਕੋਲ ਨਹੀਂ ਚਾਹ ਰਹੀ, ਪਰ ਮੈਂ ਤੁਹਾਡੇ ਜਿਹੜੀ ਗੱਲ ਉਹਨਾਂ ਨੂੰ ਜ਼ਰੂਰ ਸਮਝਾ ਦੇਣਾ। ਬਰਾੜ ਸਾਹਿਬ, ਇੱਥੇ ਭੁਪਿੰਦਰ ਸਿੰਘ ਖਾਲਸਾ ਜੀ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਪਾਰਟੀ ਹੈ ਉਹ ਸਿਰਫ ਬਾਦਲ ਪਰਿਵਾਰ ਤੱਕ ਸੀਮਿਤ ਰਹਿ ਗਈ, ਅੱਜ ਤੁਹਾਡੇ ਬੁਲਾਰੇ ਦੇ ਅੱਗੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖਿਆ ਜਾਂਦਾ, ਤੁਹਾਡੇ ਜੋ ਕੋਈ ਅਗਰ ਲੀਡਰ ਆਉਂਦਾ ਉਹਦੇ ਅੱਗੇ ਬਾਦਲ ਜਿਹੜੀ ਸ਼ਬਦ ਦੀ ਉਹ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਸਿਰਫ ਇੱਕ ਪਰਿਵਾਰ ਤੱਕ ਸੀਮਿਤ ਰਹਿ ਗਈ। ਇਸ ਕਰਕੇ ਅੱਜ ਸਟੈਂਡ ਲੈਣਾ ਪਿਆ, ਜਿੱਥੇ ਤੁਹਾਡੀ ਪਾਰਟੀ ਦੀ ਅਗਰ ਕੋਈ ਵੀ ਕਾਨਫਰੰਸ ਹੁੰਦੀ ਹੈ ਉੱਥੇ 12 ਤੋਂ ਲੈ ਕੇ 15 ਹਜ਼ਾਰ ਤੱਕ ਬੰਦਾ ਹੁੰਦਾ, ਲੇਕਿਨ ਜਦ ਸ਼੍ਰੋਮਣੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਹੋਣਾ ਦੀ ਅਗਵਾਈ ਦੇ ਵਿੱਚ ਅਗਰ ਕੋਈ ਕਾਨਫਰੰਸ ਹੁੰਦੀ ਹੈ ਉੱਥੇ 25 ਹਜ਼ਾਰ ਤੋਂ ਲੈ ਕੇ 30 ਹਜ਼ਾਰ ਬੰਦਾ ਹੁੰਦਾ, ਅਤੇ ਬੰਦਿਆਂ ਦੇ ਇਕੱਠ ਜਿਹੜਾ ਉਹ ਦੱਸਦਾ ਕਿ ਇਹ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ, ਤੁਹਾਡੀ ਵਾਲੀ ਫੇਕ ਹੈ। ਆਲੂਵਾਲੀਆ ਸਾਹਿਬ, ਮੈਨੂੰ ਇਹ ਗੱਲਾਂ ਸੁਣ ਕੇ ਹਾਸਾ ਜ਼ਰੂਰ ਆ ਰਿਹਾ, ਹੈਰਾਨਗੀ ਵੀ ਹੋ ਰਹੀ, ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਜੋ ਨਾਂ ਵਰਤ ਕੇ ਜਥੇਬੰਦੀ ਬਣੀ ਹੈ, ਇਹਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜਾ ਇਹ ਕਹਿ ਰਹੇ ਬਾਦਲ ਦਾ ਨਾਂ ਵਰਤਦੇ ਆ, ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਆ, ਉਹਨਾਂ ਦਾ ਪਾਰਟੀ ਦੇ ਬਹੁਤ ਵੱਡਾ ਪ੍ਰਭਾਵ ਹੈ, ਉਹਨਾਂ ਦਾ ਬਹੁਤ ਵੱਡਾ ਦੇਣ ਹੈ। ਔਰ ਜਦੋਂ ਢੀਂਡਸਾ ਸਾਹਿਬ ਦੇ ਬੇਟੇ ਕੈਬਨਿਟ ਮੰਤਰੀ ਬਣੇ ਜਾਂ ਢੀਂਡਸਾ ਸਾਹਿਬ ਮੰਤਰੀ ਬਣੇ ਆ ਜਾਂ ਢੀਂਡਸਾ ਸਾਹਿਬ ਰਾਜ ਸਭਾ 'ਚ ਪਹੁੰਚੇ ਆ, ਉਹ ਉਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੇਣ ਹੈ, ਇਹਨਾਂ ਦੀ ਆਪਦੀ ਕੋਈ ਹੋਂਦ ਨਹੀਂ।
ठीक है आप इस बहस नूं जरूर जारी रखांगे। बिल्कुल चलो आप अज अपने एनआरआई भरावां नूं बराड़ साहब श्रोमणी अकाली दल बिल्कुल तकड़ी चोण बराड़ साहब उन्हें पहली गल तो वो इलीगल नाम वरत ओके चलो ठीक है आप समझ लांगे बराड़ साहब एक मिनट दियो बराड़ साहब एक मिनट दियो प्लीज आप इस गल नूं समझण लई बैठे हां तां ही इह अज दा मुद्दा हैगा इस मंच दे उत्ते इस करके इस मुद्दे नूं लिआंदा गया कि असीं भी कन्विंस होईए एज एन मीडिया परसन एज एन यू नो एक ऑर्गेनाइजेशन जिहड़ी लंबे समय तो आवाज़ रखती है असी भी समझिए कि किहड़ी पार्टी नूं असी लैके आउणा है किहड़े बुलारे नूं लैके आउणा है अगर श्रोमणी अकाली दल की गल हुंदी है तां तुहानूं लैके आईए या फिर उहनां नूं लैके आईए सानू यह जिहड़ा कन्विंस करना बड़ा जरूरी है जे असी नहीं कन्विंस हो पा रहे तो मैनूं लगता कि मेरे दर्शक जिहड़े ने वो किवें कन्विंस होणगे जो कि पंजाब नूं लैके पंजाब की गल नूं लैके पंजाब के मसले नूं लैके हमेशा हिमायत करते हैं। फिलहाल एक ब्रेक लिए इत्थे रुक रहे जब ब्रेक तो बाद वापस आवांगा विचित्ती जिहड़ी पैदा हुई है श्रोमणी अकाली दल नूं लैके उहनूं लैके आपां विचार जिहड़ा जरूर करांगे मिलते हैं ब्रेक तो बाद। ब्रेक तो बाद स्वागत है श्रोमणी अकाली दल अगर मैं कहूँगा श्रोमणी अकाली दल के ही दो बुलारे मौजूद ने लेकिन सानू नहीं पता श्रोमणी अकाली दल कि है या फिर जी नवी उलीकी गई सुखदेव सिंह ढींसा उन्होंने अगवाई के श्रोमणी अकाली दल है या फिर श्रोमणी अकाली दल जिदे सुखबीर बादल प्रधान ने आ एक सवाल वड्डा बनया होया लगातार साढ़े दर्शक भी साढ़े जुड़े हुए हैं कॉलर जुड़े हुए हैं उन्होंने भी सुन लें। सत श्रीकाल जी तुम ऑन एयर हो कौन बोल रहे हो कितों बोल रहे हो? हाँ जी हरकीरत सिंह जी मैं अकाली दल ढींसा दल 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 कांग्रेस दे बारे सोचन दी लोड़ ही नहीं एक तीजी धिर दी पार्टी आम आदमी पार्टी है ओहदी हेल्प विच ही उतरना बनदा है की बीजेपी कांग्रेस अकाली सब का मकसद एक ही है कि आम आदमी पार्टी ना जिते ये सब जोड़ तोड़ इसे लिए हैं। मैं कहना आम आदमी पार्टी पंजाब मैं नहीं कहता भी वह भले ही कुछ करेगी पंजाब लिए पर एक बार उन्होंने मौका देना बनता है सो असी एन आर आई में अपनी वालों असी आम आदमी पार्टी के हक चाहे इन्हों असी देख लिया बहुत बारी ठीक है ठीक है ठीक है मेहरबानी मेहरबानी संदर साहब मेहरबानी मैं अपने गैसटा के कोल जरूर जाना चाहवागा और गैसटा के कोल जाके असं अपने कॉलरस भी जरूर सुनना चाहवागे ताकि जो सा गैसट ने वो भी कॉलरस में सुन उन्होंने भी प्रतिक्रिया सुन सत श्रीकाल जी तुम ऑन एयर हो कौन बोल रहे हो कितों बोल रहे हो? हैलो हैलो जी सत श्रीकाल जी तुम ऑन एयर हो? हाँ जी भाई सत श्रीकाल भाजी मेरी आवाज नहीं ठीक आ रही जी करो ठीक माड़ी जी हूँ आ रही है आवाज ठीक जी हाँ ठीक हाँ जी हाँ जी की कहना चाहो देखो भाजी अभी कहने साडे प्रास विच लड़ लड़ के अपनी शक्ति नूं कमजोर तां असीं ऑलरेडी बहुत हो चुके हैं तुसीं अपने आप नूं होर कमजोर रहे हैं तुसीं नहीं लड़ रहे तुसीं अपने हिंदुस्तान जिहड़ा तुहाडा दुश्मण आ तुसीं उहदी जिहड़ी इच्छा है उहनूं पूरा कर रहे हैं तुसीं उहदी इच्छा नूं पूरा कर रहे हैं आस विच लड़ के तुसीं आस विच लड़ लड़ के तुसीं पंजाब नूं सिख कौम नूं पंजाबियां नूं तुसीं पंजाब नूं कमजोर कर रहे हैं तुसीं नहीं लड़ रहे ਇਹ ਸਾਰਾ ਦੁਸ਼ਮਣ ਦੇ ਹੱਕ 'ਚ ਆ ਭਾਈ ਸਾਹਿਬ ਪੰਜਾਬ ਦੇ ਅੰਦਰ ਜਿਹੜੀ ਮਰਜ਼ੀ ਪਾਰਟੀ ਲੈ ਆਇਓ ਹੁਣਾ ਉਹੀ ਆ ਜੋ ਸੈਂਟਰ 'ਚ ਆਊਗਾ ਜਿਹੜਾ ਸੈਂਟਰ ਦੇ ਇਸ਼ਾਰਿਆਂ ਤੇ ਨਹੀਂ ਨੱਚੂਗਾ ਉਹ ਪੰਜਾਬ ਦੇ ਅੰਦਰ ਰਾਜ ਨਹੀਂ ਕਰ ਸਕਦਾ ਸੈਂਟਰ ਦੇ ਇਸ਼ਾਰੇ ਇਹ ਆ ਵੀ ਪੰਜਾਬ ਨੂੰ ਬਰਬਾਦ ਕਰਨਾ ਸਿੱਖਾਂ ਨੂੰ ਹਿੰਦੁਸਤਾਨ 'ਚੋਂ ਨਿਸ਼ਤ ਨਬੂਦ ਕਰਨਾ ਇਹ ਉਹਨਾਂ ਦੀ ਰੈੱਡ ਠੀਕ ਹੈ ਜੀ ਰੈੱਡ ਅੱਖਰਾਂ ਨਾਲ ਠੀਕ ਹੈ ਜੀ ਪਾਲਿਸੀ ਆ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਪਰ ਮੇਰੇ ਨਾਲ ਬੜੇ ਸਾਰੇ ਗੈਸਟ ਜੁੜੇ ਹੋਏ ਨੇ ਸਾਰਿਆਂ ਨੂੰ ਸੁਣਨਾ ਸਾਡਾ ਫਰਜ਼ ਹੈਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਨੇ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ? ਹਾਂ ਜੀ ਮੈਂ ਗੁਰਦੇਵ ਸਿੰਘ ਕਾਂਗਰਸ ਵਰਜੀਨੀਆ ਤੋਂ ਬੋਲ ਰਿਹਾ ਜੀ ਕਾਂਗਰਸ ਸਾਹਿਬ ਕੀ ਕਹਿਣਾ ਚਾਹੋਗੇ? ਹਾਂ ਜੀ ਮੈਂ ਸਭ ਤੋਂ ਪਹਿਲਾਂ ਤੇ ਇਹ ਅੱਜ ਦਾ ਮੁੱਦਾ ਜਿਹੜਾ ਬਹੁਤ ਵਧੀਆ ਭਗਿਆ ਹੋਇਆ ਪੰਜਾਬ ਦੇ ਮੁੱਦੇ ਨੂੰ ਲੈ ਕੇ ਅਸੀਂ ਐਨ ਆਰ ਆਈ ਵੀਰਾਂ ਦੇ ਸਾਹਮਣੇ ਰੱਖ ਰਹੇ ਹਾਂ ਜੀ ਪਰ ਮੈਨੂੰ ਇੱਕ ਗੱਲ ਦੀ ਬੜੀ ਇਸ ਗੱਲ ਤੇ ਕਹਿਣਾ ਪੈ ਗਿਆ ਕਿ ਸਤਪਾਲ ਸਿੰਘ ਬਰਾੜ
ਤੇ ਭੁਪਿੰਦਰ ਸਿੰਘ ਖਾਲਸਾ ਸਾਡੇ ਸਿੱਖ ਕੌਮ ਦੇ ਬਹੁਤ ਵਧੀਆ ਲੀਡਰ ਨੇ, ਬੜੇ ਸੰਕੋਚ ਤੋਂ ਕੰਮ ਲੈਣ ਦੀ ਲੋੜ ਆ। ਪਰ ਦੋਹਾਂ ਦੇ ਵਿਚਾਰਾਂ ਦੇ ਵਿੱਚ ਫਰਕ ਇਹ ਹੈ ਕਿ ਸਤਪਾਲ ਸਿੰਘ ਬਰਾੜ ਜੀ ਸਾਡੇ ਗੁਆਂਢੀ ਵੀ ਨੇ, ਸਾਡੇ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨਹੀਂ ਇਹ। ਭੁਪਿੰਦਰ ਸਿੰਘ ਖਾਲਸਾ ਜੀ ਜਾਂ ਢੀਂਡਸਾ ਸਾਹਿਬ ਦੀ ਨਵੀਂ ਪਾਰਟੀ ਅੱਗੇ ਆ ਰਹੀ ਆ, ਇਹ ਉਹਨਾਂ ਦੇ ਨੁਮਾਇੰਦੇ ਨੇ ਜਿਹਨਾਂ ਨੇ ਅਮਰੀਕਾ ਨੂੰ ਲੀਡ ਕਰਨਾ। ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਕੋਈ ਜਾਇਦਾਦ ਨਹੀਂ ਜੀ, ਪਰ ਜਦੋਂ ਦੇ ਬਾਦਲ ਸਾਹਿਬ ਜੀ ਇਸ ਪਾਰਟੀ ਦੇ ਨੁਮਾਇੰਦੇ ਬਣੇ ਨੇ, ਪਹਿਲਾਂ ਸੀਗੇ ਪ੍ਰਕਾਸ਼ ਸਿੰਘ ਜੀ ਬਾਦਲ, ਫਿਰ ਸੁਖਬੀਰ ਸਿੰਘ ਬਾਦਲ, ਅਸੀਂ ਵੀ ਉਹਨਾਂ ਦੇ ਹਮਾਇਤੀ ਰਹੇ ਅੱਜ ਤੱਕ। ਪਰ ਉਹਨਾਂ ਨੇ ਪੰਜਾਬ ਦਾ ਕੀ ਸੋਚਿਆ, ਪੰਜਾਬ ਦੀਆਂ ਜੜ੍ਹਾਂ ਨੂੰ ਸਿਉਂਕ ਲਾ ਦਿੱਤੀ ਬਾਦਲ ਪਰਿਵਾਰ ਨੇ, ਆਪਣੇ ਪਰਿਵਾਰ ਨੂੰ ਪੂਜ ਕੇ। ਇਹ ਮੈਂ ਕਹਿਣ ਤੋਂ ਨਿਧੜਕ ਹੋ ਕੇ ਇਹ ਗੱਲ ਕਹਿ ਰਿਹਾ ਨੈਸ਼ਨਲ ਟੀਵੀ ਦੇ ਉੱਤੇ ਕਿ ਪੰਜਾਬ ਦੇ ਮੁੱਦਿਆਂ ਦਾ, ਚਾਹੇ ਉਹ ਪਾਣੀ ਦਾ ਮੁੱਦਾ ਹੋਵੇ, ਚਾਹੇ ਸਾਡੀ ਬੋਲੀ ਦਾ ਮੁੱਦਾ ਹੋਵੇ, ਸਾਡੇ ਸਿੱਖੀ ਦਾ ਮੁੱਦਾ ਹੋਵੇ, ਉਹ ਸਾਡੇ ਚੰਡੀਗੜ੍ਹ ਦਾ ਮੁੱਦਾ ਹੋਵੇ, ਚਾਹੇ ਸਾਡੀ ਮਾਂ ਬੋਲੀ ਪੰਜਾਬੀ ਦਾ ਮੁੱਦਾ ਹੋਵੇ, ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਗਹਿਣੇ ਕਰ ਦਿੱਤਾ। ਆਰ ਐਸ ਐਸ ਦੀਆਂ ਪਾਲਿਸੀਆਂ ਨੂੰ ਫੋਲੋ ਕਰਕੇ ਸਾਨੂੰ ਇਸ ਗੱਲ ਤੇ ਇਹ ਧੱਕਾ ਦੇ ਕੇ ਪਾਰਟੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਅਸੀਂ ਪੰਜਾਬੀਆਂ ਦੇ ਹੱਕ ਤੇ ਸੱਚ ਦੀ ਆਵਾਜ਼ ਨੂੰ ਕਿਸੇ ਸੱਚੇ ਤੇ ਸੁੱਚੇ ਲੀਡਰ ਦੇ ਅੱਗੇ ਉਠਾ ਸਕੇ। ਇਹਨਾਂ ਨੇ ਸਾਡੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਥੈਂਕ ਯੂ, ਮਿਹਰਬਾਨੀ ਕੰਗ ਸਾਹਿਬ, ਮਿਹਰਬਾਨੀ ਕੰਗ ਸਾਹਿਬ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ। ਕਾਲਰਸ ਹੋਰ ਵੀ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਜੀ, ਜੀ ਆਪਣੀ ਗੱਲ ਕਰ ਸਕਦੇ ਹੋ। ਹੈਲੋ, ਹਾਂਜੀ ਵਾਲੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਵਧੀਆ ਮੁੱਦਾ ਲਿਆਂਦਾ ਜੀ। ਤੇ ਇਹ ਤੁਹਾਨੂੰ ਹਿਸਟਰੀ ਦੱਸੀਏ, ਇਹ ਪਹਿਲਾਂ ਤੁਹਾਨੂੰ ਪਿੱਛੇ ਲੈ ਚੱਲਨੇ ਆ ਜੀ, ਇੰਦਰਾ ਗਾਂਧੀ ਨੇ ਕਾਂਗਰਸ ਆਈ ਬਣਾਈ ਸੀ ਜੀ, ਤੇ ਉਹਨਾਂ ਨੂੰ ਕੋਰਟ 'ਚ ਜਾ ਕੇ ਹਾਰਨਾ ਪਿਆ ਸੀ। ਉਹਨਾਂ ਦਾ ਨਿਸ਼ਾਨ ਹੁੰਦਾ ਸੀ ਗਊ ਬਛੜਾ ਜੀ, ਇਹਦੇ ਸ਼ੁਕਰ ਹੈ ਢੀਂਡਸਾ ਜੰਮ ਪਿਆ, ਇਹਨਾਂ ਨੂੰ ਤਕੜੀ ਦਾ ਨਿਸ਼ਾਨ ਗੁਆਣਾ ਪੈਣਾ ਬਾਦਲ ਦਲ ਨੂੰ। ਜੇ ਢੀਂਡਸਾ ਆਪਣੇ ਪੈਰਾਂ ਦੇ ਰਿਹਾ ਨਾ ਜੀ, ਤੇ ਤਕੜੀ ਦਾ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦਾ, ਨਾ ਕਿ ਬਾਦਲ ਅਕਾਲੀ ਦਲ ਦਾ ਜੀ। ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ, ਕੋਰਟ ਨੇ ਫੈਸਲਾ ਕਰਨਾ। ਬਿਲਕੁਲ, ਇਲੈਕਸ਼ਨ ਕਮਿਸ਼ਨ ਫੈਸਲਾ ਕਰਦੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੀ ਫੈਸਲਾ ਕਰੇਗੀ ਉਹ ਵੀ ਅਸੀਂ ਜ਼ਰੂਰ ਦੱਸਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ ਜੀ, ਵਾਲੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹਨਾਂ, ਮੇਰਾ ਇਹਨਾਂ ਦਾ ਸਵਾਲ ਹੈ ਆਪਣੇ ਭੁਪਿੰਦਰ ਸਿੰਘ ਤੇ ਸਤਪਾਲ ਬਰਾੜ ਨਾਲ ਜੀ। ਇਹ ਦੋਨੇ ਠੀਕ ਹੈ, ਬੜੇ ਲਿਸ਼ਕੇ ਪੁਸ਼ਕੇ ਸਿੱਖ ਹੈ ਜੀ, ਪਰ ਮੈਨੂੰ ਲੱਗਦਾ ਕਿ ਇਹ ਬਹੁਤ ਸੁਲਝੇ ਇਨਸਾਨ ਨਹੀਂ ਹੈ ਜੀ। ਕਾਰਨ ਇਹ ਹੈ, ਹੈਲੋ ਜੀ ਜੀ, ਤੁਸੀਂ ਸੁਣ ਪਾ ਰਹੇ ਹਾਂ ਅਸੀਂ ਤੁਹਾਨੂੰ? ਹਾਂਜੀ ਹਾਂਜੀ। ਅੱਜ ਦਾ ਦਿਨ ਸਵਾਲ ਇਹ ਹੈ ਜੀ, ਬਈ ਸਿੱਖਾਂ ਦੇ ਬਹੁਤ, ਹੈਲੋ ਜੀ ਜੀ ਸਰ, ਤੁਸੀਂ ਆਪਣੀ ਗੱਲ ਨੂੰ ਕੰਪਲੀਟ ਕਰੋ। ਸਿੱਖਾਂ ਦੇ ਅੱਜ ਹੋਰ ਬਹੁਤ ਮਸਲੇ ਆ, ਇਹਨਾਂ ਨੇ ਅਕਾਲੀ ਦਲ ਦੇ ਵਿੱਚ ਇੱਕ ਹੋਰ ਅਕਾਲੀ ਦਲ ਵੰਡ ਕੇ, ਇਹਨਾਂ ਨੇ ਕੋਈ ਆਪਣਾ ਵੋਟ ਬੈਂਕ ਤਾਂ ਇਹਨਾਂ ਨੇ ਵਧਾਇਆ ਨੀ ਜੀ। ਇਹਨਾਂ ਦੇ ਚਾਰ ਅਕਾਲੀ ਦਲ ਹੈ ਜੀ, ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਹੈ ਜੀ, ਫਿਰ ਅੱਗੋਂ ਆਪਣੇ ਬ੍ਰਹਮਪੁਰਾ ਸਾਹਿਬ ਦਾ ਇੱਕ ਅਕਾਲੀ ਦਲ ਹੈ ਜੀ, ਇੱਕ ਬਾਦਲ ਦਾ ਅਕਾਲੀ ਦਲ ਹੈ ਜੀ, ਇੱਕ ਇਹਨਾਂ ਨੇ ਹੁਣ ਢੀਂਡਸਾ ਸਾਹਿਬ ਦਾ ਬਣਾ ਦਿੱਤਾ। ਢੀਂਡਸਾ ਸਾਹਿਬ ਦੀ ਮੈਨੂੰ ਪਰਸਨਲ ਬਹੁਤ ਰਿਸਪੈਕਟ ਹੈ, ਮੇਰੀ ਕੰਸਟੀਚੁਐਂਸੀ ਦੇ ਬੰਦੇ ਆ, ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਣੇ ਵੋਟਾਂ 'ਚ ਕੀ ਵਾਅਦਾ ਕੀਤਾ? ਰਾਈਟ, ਹੁਣ ਤੁਸੀਂ ਕੋਰਟ 'ਚ ਜਾਓਗੇ, ਇੱਕ ਅਕਾਲੀ ਦਲ ਨੂੰ ਮੰਨਿਆ ਜਾਊਗਾ, ਇੱਕ ਨੂੰ ਨਹੀਂ, ਕੀ ਤੁਸੀਂ ਦੋਨੇ ਗਰੁੱਪ ਰਲ ਕੇ ਇਲੈਕਸ਼ਨ ਇਕੱਠੀ ਲੜੋਗੇ ਜਿਹੜੇ ਤੁਸੀਂ ਕਦੀ ਲੜ ਨਹੀਂ ਸਕੋਗੇ? ਸੋ ਤੁਸੀਂ ਸਿੱਖਾਂ ਨੂੰ ਫਰਦਰ ਵੰਡ ਦਿੱਤਾ ਜੀ। ਬਿਲਕੁਲ, ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਨਾਲ ਜੁੜੇ ਔਰ ਆਪਣੇ ਵਿਚਾਰ ਰੱਖੇ। ਕਾਲਰਸ ਹੋਰ ਵੀ ਨੇ, ਮੈਂ ਤਮਾਮ ਕਾਲਰਸ ਨੂੰ ਸੁਣਨਾ ਚਾਹਾਂਗਾ, ਤੁਸੀਂ ਆਪਣੇ ਫੋਨ ਕਾਲਸ ਨੂੰ ਨਾ ਕੱਟਿਓ, ਤੁਹਾਡੇ ਨਾਲ ਵੀ ਅਸੀਂ ਜ਼ਰੂਰ ਰਾਬਤਾ ਕਰਾਂਗੇ। ਪਰ ਮੈਂ ਇੱਥੇ ਭੁਪਿੰਦਰ ਸਿੰਘ ਖਾਲਸਾ ਜੀ ਦੇ ਕੋਲ ਜਾਣਾ ਚਾਹੁੰਦਾ। ਖਾਲਸਾ ਜੀ, ਤੁਸੀਂ ਸਾਰੇ ਕਾਲਰਸ ਨੂੰ ਸੁਣਿਆ, ਮੈਨੂੰ ਕੁਝ ਕਹਿਣ ਦੀ ਲੋੜ ਨਹੀਂ, ਮੈਂ ਤੁਹਾਡੇ ਕਮੈਂਟਸ ਵੀ ਲੈਣਾ ਚਾਹਾਂਗਾ, ਸਤਪਾਲ ਬਰਾੜ ਹੋਰਾਂ ਦਾ ਵੀ ਲੈਣਾ ਚਾਹਾਂਗਾ। ਬਰਾੜ ਸਾਹਿਬ, ਤੁਸੀਂ ਲਾਈਨ 'ਤੇ ਸਾਡੇ ਨਾਲ ਮੌਜੂਦ ਹੋ? ਬਰਾੜ ਸਾਹਿਬ ਜੀ, ਜੀ ਠੀਕ ਹੈ, ਮੈਂ ਸਭ ਤੋਂ ਪਹਿਲਾਂ ਜਾਣਾ ਭੁਪਿੰਦਰ ਸਿੰਘ ਖਾਲਸਾ ਜੀ ਦੇ ਕੋਲ। ਦੇਖੋ ਆਲੂਵਾਲੀਆ ਸਾਹਿਬ, ਜਿੱਥੋਂ ਤੱਕ ਸਾਡਾ ਪਹਿਲਾ ਸਟੈਪ ਸੀਗਾ, ਉਹ ਸਾਨੂੰ ਬੜਾ ਸਫਲਤਾਪੂਰਵਕ, ਸਾਨੂੰ ਉਹਦੇ 'ਚ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ। ਸਾਡਾ ਪਹਿਲਾ ਸਟੈਪ ਸੀਗਾ, ਸਾਨੂੰ ਆਪਣਾ ਨਾਂ ਯਾਦ ਆਉਣਾ ਚਾਹੀਦਾ। ਮੇਰਾ ਨਾਂ ਭੁਪਿੰਦਰ ਸਿੰਘ ਖਾਲਸਾ ਹੈ, ਔਰ ਜੇ ਮੈਂ ਭੁੱਲ ਜਾਵਾਂ ਕਿ ਮੇਰਾ ਨਾਂ ਭੁਪਿੰਦਰ ਸਿੰਘ ਖਾਲਸਾ ਨਹੀਂ ਭੁਪਿੰਦਰ ਖਾਲਸਾ ਹੀ ਹੈ, ਤਾਂ ਮੈਨੂੰ ਇਹ ਕਿਸੇ ਦਾ
ਜ਼ਰੂਰ ਫਰਜ਼ ਬਣਦਾ ਮੈਨੂੰ ਯਾਦ ਕਰਾਵੇ ਕਿ ਤੇਰੇ ਨਾਲ ਸਿੰਘ ਵੀ ਲੱਗਦਾ। ਜਦੋਂ ਅਸੀਂ ਆਪਣੀ ਪਾਰਟੀ ਨੂੰ ਕਨਵਰਟ ਹੀ ਇੱਕ ਪਰਿਵਾਰਕ ਨਾਂ ਦੇ ਉੱਤੇ ਕਰ ਦਿੱਤਾ ਤੇ ਸਾਡਾ ਜਿਹੜਾ ਪਹਿਲਾ ਸਟੈਪ ਸੀਗਾ ਉਹ ਬਿਲਕੁਲ ਕਾਮਯਾਬ ਹੋ ਗਿਆ। ਹੁਣ ਦੂਸਰੀ ਗੱਲ, ਆ ਹੁਣੇ ਭਾਈ ਸਾਹਿਬ ਨੇ ਸਵਾਲ ਕੀਤਾ ਕਿ ਤੁਸੀਂ ਵੋਟਾਂ ਦੇ ਵਿੱਚ ਕੀ ਵਾਅਦਾ ਕੀਤਾ। ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਨੀਤੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਈਆਂ ਨੇ, ਜਿੰਨੀ ਡਿਕਟੇਟਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈਸ਼ਿਪ ਹੇਠ ਪਾਰਟੀ ਦੇ ਵਿੱਚ ਆਈ ਸੀ, ਉਹਨੂੰ ਸਾਰੀ ਨੂੰ ਅਸੀਂ ਦੂਰ ਕਰਕੇ ਮੈਂ ਦਾਅਵੇ ਨਾਲ ਕਹਿੰਦਾ ਔਰ ਖਿਮਾ ਜਾਚਨਾ ਕਰਦਾ ਬਰਾੜ ਸਾਹਿਬ ਕੋਲੋਂ, ਸੱਚੀ ਗੱਲ ਦੱਸਣੀ ਚਾਹੁੰਦਾ ਕਿ 90% ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਨੇ, ਸਾਡੇ ਵਰਕਰ ਨੇ, ਉਹ ਸੁਖਬੀਰ ਦੀਆਂ ਪਾਲਸੀਆਂ ਤੋਂ ਬਿਲਕੁਲ ਖਫਾ ਹੋ ਚੁੱਕੇ ਨੇ ਔਰ ਉਹਨਾਂ ਦੀ ਡਿਕਟੇਟਰਸ਼ਿਪ ਤੋਂ ਬੜੀ ਦੂਰ ਸਾਡੇ ਵਰਕਰ ਜਾ ਚੁੱਕੇ ਨੇ। ਅੱਜ ਜਿਹੜਾ ਥੱਲੇ ਤੱਕ ਢਾਂਚਾ ਨਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਨਹੀਂ ਆ। ਭੁਪਿੰਦਰ ਸਿੰਘ ਜੀ, ਤੁਹਾਡੀ ਪਾਰਟੀ ਦੇ ਵਿੱਚ ਅਗਰ ਕੋਈ ਫੈਸਲੇ ਹੋਣਗੇ ਕੌਣ ਲਊਗਾ? ਮੈਂ ਜਿਹੜੀ ਗੱਲ ਮੇਰੀ ਪੂਰੀ ਹੋ ਲੈਂਦੋ, ਇੱਕੋ ਮਿੰਟ 'ਚ ਕਰਨ ਲੱਗਾ, ਔਰ ਜੇ ਨਹੀਂ ਤਾਂ ਤੁਸੀਂ ਜਿਹੜੇ ਸਾਡੇ ਪ੍ਰਧਾਨ ਨੇ, ਸਾਡੇ ਕਈ MLA ਦੇ ਕੈਂਡੀਡੇਟ ਨੇ, ਜਿਹੜੇ ਸਾਡੇ ਕਈ ਚੇਅਰਮੈਨ ਨੇ, ਉਹਨਾਂ ਦੀਆਂ ਸ਼ਕਲਾਂ ਤੋਂ ਹੀ ਅੰਦਾਜ਼ਾ ਲਾ ਲਓ ਕਿ ਉਹ ਜਿਹੜੇ ਆ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਲੱਗਦੇ ਆ, ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਜਾਪਦੇ ਆ। ਇਹ ਸਾਰਾ ਹੀ ਜਿਹੜਾ ਤੰਤਰ ਮੰਤਰ ਜਿਹੜਾ ਵਿਗਾੜ ਕੇ ਰੱਖ ਦਿੱਤਾ ਗਿਆ, ਪਹਿਲਾ ਸਟੈਪ ਸਾਡਾ ਕਾਮਯਾਬ ਹੋ ਗਿਆ। ਹੁਣ ਦੂਸਰਾ ਸਟੈਪ, ਦੂਸਰੇ ਵੀ ਥੋੜੇ ਦਿਨਾਂ ਦੀ ਗੱਲ ਆ, ਆਲੂਵਾਲੀਆ ਸਾਹਿਬ ਨੂੰ ਜਾਣ ਲੈਣੇ ਆ, ਇੱਕ ਝੰਡੇ ਦੇ ਥੱਲੇ ਸਾਰੇ ਸਿੰਘ ਜੀ ਹੋਣਗੇ ਔਰ ਇਸ ਉਹਨਾਂ ਨੂੰ ਵੀ ਟਾਈਮ ਦੇਈਏ, ਅਸੀਂ ਪਲੀਜ਼ ਬੋਲਣ ਦਾ, ਲੈਟ ਹਿਮ ਸਪੀਕ ਆਲਸੋ। ਸਤਪਾਲ ਬਰਾੜ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਇੱਥੇ ਭੁਪਿੰਦਰ ਸਿੰਘ ਖਾਲਸਾ ਜੀ ਨੇ ਲਗਾਤਾਰ, ਜਿੰਨੇ ਸਾਡੇ ਦਰਸ਼ਕ ਕਾਲਰਸ ਵੀ ਜੁੜੇ ਸੀਗੇ, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਪਾਰਟੀ ਹੈ ਉਹਦੇ ਵਿੱਚ ਅਗਰ ਕੋਈ ਵੀ ਫੈਸਲਾ ਹੁੰਦਾ ਤਾਂ ਉਹ ਇੱਕ ਬੰਦਾ ਲੈਂਦਾ ਔਰ ਉਸ ਕਰਕੇ ਜਿਹੜੇ ਕਈ ਸਾਰੇ ਲੀਡਰਸ ਨੇ ਉਹ ਇਸ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਤੋਂ ਜਿਹੜੇ ਨੇ ਉਹ ਵੱਖ ਹੋ ਗਏ ਨੇ ਔਰ ਇਸ ਕਰਕੇ ਨਵੀਂ ਪਾਰਟੀ ਦੀ ਲੋੜ ਪਈ ਔਰ ਅੱਜ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਢੀਂਡਸਾ ਸਾਹਿਬ ਵੱਲੋਂ ਉਲੀਕੀ ਗਈ ਜਿਹੜੀ ਪਾਰਟੀ ਹੈ, ਜੇਕਰ ਲੋਕ ਤਗੜੇ ਹੋ ਕੇ ਇਹਨਾਂ ਦਾ ਫੈਸਲਾ ਇਹਨਾਂ ਦੇ ਫੈਸਲਿਆਂ ਦੇ ਨਾਲ ਚੱਲਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਢੀਂਡਸਾ ਸਾਹਿਬ ਵੱਲੋਂ ਥਾਪੀ ਗਈ ਜਿਹੜੀ ਪਾਰਟੀ ਹੈ ਉਹ ਅਸਲੀ ਸ਼੍ਰੋਮਣੀ ਅਕਾਲੀ ਦਲ ਹੋਏਗੀ, ਕਿਉਂਕਿ ਤੁਹਾਡੀ ਪਾਰਟੀ ਦੇ ਵਿੱਚ ਫੈਸਲਾ ਸਿਰਫ ਇੱਕ ਇੰਡੀਵਿਜੁਅਲ ਕਰਦਾ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਆਲੂਵਾਲੀਆ ਸਾਹਿਬ, ਇਹਨਾਂ ਨੂੰ ਇਹ ਪੁੱਛੋ, ਜਦੋਂ ਪ੍ਰਧਾਨਗੀ ਦੀ ਚੋਣ ਪਿਛਲੇ ਸਾਲ ਡੈਲੀਗੇਟਾਂ ਦੀ ਚੋਣ ਹੋਈ ਹੈ, ਢੀਂਡਸਾ ਸਾਹਿਬ ਗਏ ਜੀ ਉੱਥੇ, ਉਹਨਾਂ ਨੂੰ ਜੋ ਡੈਲੀਗੇਟ ਬਣਾਉਣ ਦੀ ਮੈਂਬਰਸ਼ਿਪ ਦੀਆਂ ਪਰਚੀਆਂ ਦਿੱਤੀਆਂ ਸੀਗੀਆਂ, ਜੋ ਸਿਲੈਕਟ ਦਿੱਤੀਆਂ ਹਰੇਕ ਜ਼ਿਲ੍ਹੇ ਨੂੰ ਮਿਲਦੀਆਂ, ਉਹਨਾਂ ਦੀ ਮੈਂਬਰਸ਼ਿਪ ਭਰਤੀ ਨਹੀਂ ਕੀਤੀ 2018 ਦੀ ਗੱਲ ਹੈ। ਚਲੋ ਆਪਾਂ ਇਸ ਪਾਸੇ ਨਾ ਜਾਈਏ, ਬਰਾੜ ਸਾਹਿਬ ਆਪਾਂ ਇਸ ਪਾਸੇ ਨਾ ਜਾਈਏ, ਇਸ ਗੱਲ ਦਾ ਆਨਸਰ ਦਿਓ, ਤੁਹਾਡੀ ਪਾਰਟੀ ਦੀ ਤਰਫੋਂ ਇੱਕ ਬੰਦਾ ਡਿਸਾਈਡ ਕਰਦਾ ਡੈਲੀਗੇਟ ਪ੍ਰਧਾਨ ਦੀ ਚੋਣ ਕਰਦੇ ਆ, ਇਸ ਕਰਕੇ ਇਹ ਕਹਿਣਾ ਵਾਰ ਵਾਰ ਇਹ ਕਹਿਣਾ ਕਿ ਇੱਕ ਬੰਦਾ, ਇਹ ਪਾਰਟੀ ਨੇ ਹਮੇਸ਼ਾ, ਫਿਰ ਅੱਜ ਤੱਕ ਕੋਈ ਨਵਾਂ ਪ੍ਰਧਾਨ ਕਿਉਂ ਨਹੀਂ ਆਇਆ ਪਾਰਟੀ ਦਾ? 5 ਸਾਲ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਜਿਹੜੇ ਨੇ ਮੁੱਖ ਮੰਤਰੀ ਰਹੇ, ਉਹ ਪ੍ਰੈਜ਼ੀਡੈਂਟ ਰਹੇ, ਹੁਣ ਉਹਨਾਂ ਦੀ ਅੱਗੇ ਜਿਹੜੀ ਹੈਗੀ ਹੈ ਨੈਪੋਟਿਜ਼ਮ ਦੀ ਜਿਹੜੀ ਗੱਲ ਅਸੀਂ ਕਰਦੇ ਹਾਂ, ਇਹ ਤਾਂ ਫਿਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਨੈਪੋਟਿਜ਼ਮ ਹੈ। ਅੱਜ ਇਹਨਾਂ ਚੋਂ ਇੱਕ ਵੀ ਬੰਦਾ ਹੈ ਕਿੱਥਾ ਜੀ, ਇੱਕ ਦੂਜੇ ਨਾਲ ਇਹ ਖੇਡ ਰਹੇ ਨੇ, ਲੜੀ ਜਾਂਦੇ ਆ, ਵੀ ਭਾਈ ਸਾਹਿਬ ਬੜੀਆਂ ਬੜੀਆਂ ਗੱਲਾਂ ਕਰ ਰਹੇ, ਇਹਨਾਂ ਨੂੰ ਇਹ ਪੁੱਛੋ, ਅਜੇ ਤੱਕ ਇਹਨਾਂ ਨੇ ਸੰਵਿਧਾਨ ਨਹੀਂ ਬਣਾਇਆ ਆਪਦਾ, ਅਜੇ ਇਹਨਾਂ ਨੇ ਆਪਦਾ ਕੋਈ ਰੂਲ ਨਹੀਂ ਦੱਸਿਆ। ਅੱਛਾ ਚਲੋ ਸਤਪਾਲ ਬਰਾੜ ਜੀ, ਇੱਕ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਪਲੀਜ਼। ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਣ ਤੋਂ, ਅੱਛਾ ਇੱਕ ਸਵਾਲ ਦਾ ਜਵਾਬ ਬਰਾੜ ਸਾਹਿਬ ਡੈਮੋਕ੍ਰੈਟਿਕ ਪਲੀਜ਼, ਸ਼੍ਰੋਮਣੀ ਅਕਾਲੀ ਦਲ ਨਾਮ ਵਰਤਿਆ। ਅੱਛਾ ਬਰਾੜ ਸਾਹਿਬ, ਮੇਰੇ ਇੱਕ ਸਵਾਲ ਦਾ ਜਵਾਬ ਬਰਾੜ ਸਾਹਿਬ, ਬਰਾੜ ਸਾਹਿਬ ਪਲੀਜ਼ ਸੁਣੋ, ਸ਼੍ਰੋਮਣੀ ਅਕਾਲੀ ਦਲ ਬਣੀ ਨੂੰ ਹੋਈ ਹੈ ਚਾਹਾਂਗਾ, ਇੱਕ ਸਵਾਲ ਤੁਸੀਂ ਸੁਣ ਲਓ ਪਲੀਜ਼ ਬਰਾੜ ਸਾਹਿਬ, ਦਿਸ ਇਜ਼ ਨੋਟ ਅ ਵੇ ਟੂ ਡੂ ਅ ਡਿਬੇਟ, ਦਿਸ ਇਜ਼ ਨੋਟ ਅ ਵੇ ਟੂ ਡੂ ਅ ਡਿਬੇਟ, ਨੋ ਸੋਰੀ ਬਰਾੜ ਸਾਹਿਬ, ਮੈਂ ਤੁਹਾਨੂੰ ਅੱਗੇ ਨਹੀਂ ਸੁਣ ਪਾਵਾਂਗਾ, ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ। ਬਰਾੜ ਸਾਹਿਬ ਕੈਨ ਯੂ ਹੇਅਰ ਮੀ? ਬਰਾੜ ਸਾਹਿਬ ਕੈਨ ਯੂ ਹੇਅਰ ਮੀ? ਤੁਸੀਂ ਭੱਜ ਰਹੇ ਹੋ ਸਵਾਲ ਤੋਂ ਬਰਾੜ ਸਾਹਿਬ, ਤੁਸੀਂ ਸਵਾਲ ਤੋਂ ਭੱਜ ਰਹੇ ਹੋ, ਤੁਸੀਂ ਸਵਾਲ ਤੋਂ ਭੱਜ ਰਹੇ ਹੋ, ਤੁਸੀਂ ਸਵਾਲ ਤੋਂ ਭੱਜ ਰਹੇ ਹੋ ਬਰਾੜ ਸਾਹਿਬ।
मैं तुहानू पुछना चाहुंदा कि अज तक तुहाडी पार्टी दे विच बादल परिवार तो अलावा कोई होर कोई जिहड़ा है वह प्रधान क्यों नहीं बनिया? ਤੁਸੀਂ ਸਵਾਲ ਪੁੱਛਿਆ ਹੈ ਉੱਤਰ ਮੈਂ ਇਹਨੂੰ ਦੇ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਡੈਲੀਗੇਟ ਦਾ ਚੋਣ ਹੁੰਦੀ ਹੈ ਡੈਲੀਗੇਟ ਸਰਦਾਰ ਸੁਖਬੀਰ ਸਿੰਘ ਨੂੰ ਚੁਣ ਲੈਣ ਜਾਂ ਸਰ ਤੋਤਾ ਸਿੰਘ ਨੂੰ ਚੁਣ ਲੈਣ ਢੀਡਸਾ ਸਾਹਿਬ ਨੂੰ ਚੁਣ ਲੈਣ ਜੇ ਸਾਡੇ ਵਿੱਚ ਹੁੰਦੇ ਤਾਂ ਜਾਂ ਭੁੰਦਰ ਸਾਹਿਬ ਨੂੰ ਚੁਣ ਲੈਣ ਉਹਨਾਂ ਕੋਲ ਅਧਿਕਾਰ ਹੁੰਦੇ ਆ ਜੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਚਲੋ ਬਰਾੜ ਸਾਹਿਬ ਤੁਸੀਂ ਬਣੇ ਰਹੋ ਸਾਡੇ ਨਾਲ ਤੁਸੀਂ ਬਣੇ ਰਹੋ ਔਰ ਉਸ ਸੱਤਵੇਂ ਦੇ ਵਿੱਚ ਇਹ ਜਿਹੜੇ ਹੁਣ ਰੌਲਾ ਪਾਉਂਦੇ ਸਾਰੇ ਸਾਡੇ ਨਾਲ ਸੀਗੇ ਉਦੋਂ ਵੀ ਬੋਲੇ ਇਹ ਇਹਨਾਂ ਚੋਂ ਇੱਕ ਬੰਦਾ ਵੀ ਬੋਲਿਆ ਕੋਈ ਅੱਜ ਇਹਨਾਂ ਨੂੰ ਚੇਤਾ ਆ ਗਿਆ ਮੂਹਰੇ ਇਲੈਕਸ਼ਨ ਆ ਰਹੀ ਹੈ ਕਾਂਗਰਸ ਦੇ ਇਸ਼ਾਰੇ ਤੇ चलो आप ले लेंगे इस गल भी भुपिंदर सिंह तो जवाब ले लेंगे। फिलहाल एक ब्रेक लिए रुक रहे हो, जब ब्रेक तो बाद वापस आवेंगे। लगातार असं इस मुद्दे को जारी रखेंगे। कॉलर साढ़े जुड़े हुए हैं, लवेंगे थोड़ी कॉल्स भी। मिलते हैं ब्रेक तो बाद। बहुत स्वागत है। कॉलरस भी साढ़े जुड़े हुए हैं, मैं कॉलरस भी जरूर सुनना चाहवागा क्योंकि यह मंच उन्हों का भी है जिन्ना मंच साढ़े पैनलिस्ट का है। सत श्रीकाल जी, तुम ऑन एयर हो, कौन बोल रहे हो, कितों बोल रहे हो जी? सत श्रीकाल जी, तुम ऑन एयर हो। वाहेगुरु जी का खालसा, वाहेगुरु जी की फतेह। जी 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 अपने पैनलिस्ट नूं भी लैके आईए, वह भी सुन सकन। सत श्रीकाल जी, तुसीं आउंदे रहो, कौन बोल रहे, कित्थों बोल रहे? हाँ सत श्रीकाल जी, अवतार सिंह न्यूयॉर्क तों बोल रहे हां जी। अवतार सिंह जी, मेहरबानी थी। मैं इतने जरूर बड़े सारे कॉलर्स ने सारे सुनना फर्ज है। सत श्रीकाल जी, तुम आने कौन बोल रहे हो, कितों बोल रहे? वाले साहब, मैं अपनी गल करनी सी, मेरी गल कटने ना विचो जी, एक मिनट लवांगा, ज्यादा टाइम नहीं लवांगा जी। जी ए जेड़ा एने दिल्ली का भी नाम ही कीता होया, बड़ा करके कीता होया, थोड़े केजरीवाल ने वो भी उत्ते कुछ नहीं करता जी। सारे जेड़े एने बंदे इकट्ठे किए हुए ने जी, कोई प्रॉपर्टी डीलर है, कोई कब्जा करने वाला है, कोई वाला का काम करता है, नकली डिग्री अगले प्रोग्राम दे विच कर लांगे। सत श्री अकाल जी, तुसीं आउंदे रहो, कौन बोल रहे, कित्थों बोल रहे हो? हरदीप जी, सत श्री अकाल, मैं हरदीप बोलदा टोरांटो तों जी। हरदीप जी, सत श्री अकाल। ਸਾਨੂੰ ਬੜੀ ਖੁਸ਼ੀ ਸੀ ਕਿ ਇੱਕ ਬਾਦਲਾਂ ਦੇ ਪਰਿਵਾਰ ਦਾ ਗੜ੍ਹ ਤੋੜਨ ਵਾਸਤੇ ਇੱਕ ਪਾਰਟੀ ਆਈ ਹੈ, ਪਰ ਬਦਕਿਸਮਤੀ ਹੈ ਵੀ ਇਹ ਜਿੰਨੇ ਵੀ ਲੋਕ ਆਏ ਆ ਇਹ ਸਾਰੇ ਆਪਣੀਆਂ ਉਮਰਾਂ ਵਿਹਾ ਚੁੱਕੇ ਅਕਾਲੀ ਦਲ ਦੇ ਵਿੱਚ ਜੀ। ਜੀ, ਇਹਨਾਂ ਦੀਆਂ ਉਮਰਾਂ ਐਕਸਪਾਇਰ ਹੋ ਚੁੱਕੀਆਂ ਔਰ ਇਹ ਸਾਰੇ ਬੁੱਢੇ ਠੇਰੇ ਦੇ ਅੱਧੇ ਬਿਮਾਰ ਵਿੱਚੋਂ ਜੀ। अच्छा, दूजी गल तुसी ये हिसाब लाओ भी ये हुण जिहड़ा सुखबीर अपना सुखबीर दा इन्हां दे कोल कोई भी इहो जिहा लीडर है नहीं जिहड़ा सुखबीर नूं टक्कर दे सके बुलारे दे तौर ते जी। अकालिया की कोई अचीवमेंट पॉजिटिव हो मैं दसन बड़ा सौखा तरीका आर्गूमेंट वगैरह जाने की लड़ नहीं होंगी इन्हों कवो कि दसो कि जे अज गैलप पोल हो जाए पंजाब की बादलों वोट मिलने 5% तो लैके 10% के वोट मिलने सारी दुनिया बरखलाप है बादल सेवा करना चाहते पता कि नहीं लाइक करते छड़ देन
ਪਰੇ ਹੋ ਜਾਣ ਜੀ ਜੀ ਲੈਟ ਦ ਪੀਪਲ ਕਮ ਜੀ 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 ਮਿਹਰਬਾਨੀ ਤੁਹਾਡੀ ਮਿਹਰਬਾਨੀ ਮਿਹਰਬਾਨੀ ਤੁਹਾਡੀ ਕਾਲਰਸ ਹੋਰ ਵੀ ਨੇ ਪਰ ਮੈਂ ਮਾਫੀ ਚਾਹਾਂਗਾ ਕਾਲਸ ਨਹੀਂ ਲੈ ਪਾਵਾਂਗਾ ਸਮਾਂ ਮੈਨੂੰ ਇੱਥੇ ਇਜਾਜ਼ਤ ਨਹੀਂ ਦੇ ਰਿਹਾ ਪਰ ਮੈਂ ਤੁਹਾਨੂੰ ਸੁਣਨਾ ਜ਼ਰੂਰ ਚਾਹੁੰਦਾ ਸੀਗਾ ਇੱਥੇ ਮੈਂ ਸਤਪਾਲ ਬਰਾੜ ਜੀ ਦੇ ਕੋਲ ਚੱਲਦਾ ਅਤੇ ਭੁਪਿੰਦਰ ਸਿੰਘ ਖਾਲਸਾ ਜੀ ਦੇ ਕੋਲ ਚੱਲਦਾ ਅਤੇ ਕਲੋਜ਼ਿੰਗ ਕਮੈਂਟ ਲੈ ਲੈਂਦੇ ਹਾਂ ਬਰਾੜ ਸਾਹਿਬ ਕਾਫੀ ਸਾਰੇ ਕਾਲਰਸ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਸੁਣਦੇ ਆ ਰਹੇ ਹਾਂ ਔਰ ਜਿਹੜੀ ਹੁਣ ਨਵੀਂ ਉਲੀਕੀ ਗਈ ਪਾਰਟੀ ਹੈ ਉਹਨਾਂ ਨੂੰ ਵੀ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਂਗੇ ਪਰ ਹਜੇ ਤੱਕ ਮੁੱਦਾ ਇੱਥੇ ਦਾ ਇੱਥੇ ਹੀ ਪਿਆ ਨਹੀਂ ਸਮਝ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਰ ਗੱਲ ਕੀਤੀ ਜਾਏ ਪੰਜਾਬ ਦੇ ਵਿੱਚ ਜੋ ਤਸਵੀਰ ਹੈ ਉਹ ਤਸਵੀਰ ਜਿਹੜੀ ਹੈ ਇਸ ਟਾਈਮ ਧੁੰਦਲੀ ਪਈ ਹੋਈ ਹੈ ਕਿਉਂਕਿ ਤਸਵੀਰ ਸਾਫ਼ ਨਹੀਂ ਹੋਈ ਹੈ ਹਜੇ ਤੱਕ ਪਰ ਅਸੀਂ ਜ਼ਰੂਰ ਇਸ ਤਸਵੀਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਵੀ ਕਰਾਂਗੇ ਪਰ ਜਾਂਦੇ ਜਾਂਦੇ ਭੁਪਿੰਦਰ ਸਿੰਘ ਖਾਲਸਾ ਜੀ ਮੈਂ ਤੁਹਾਡੇ ਕਲੋਜ਼ਿੰਗ ਕਮੈਂਟ ਚਾਹਾਂਗਾ ਲੇਕਿਨ ਉਸ ਤੋਂ ਪਹਿਲਾਂ ਬਰਾੜ ਸਾਹਿਬ ਆਈ ਵਾਂਟ ਯੋਰ ਕਲੋਜ਼ਿੰਗ ਕਮੈਂਟਸ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਪਾਰਟੀ ਦੇ ਤਰਫੋਂ ਤੁਹਾਨੂੰ ਬੁਲਾਰਾ ਬੁਲਾਇਆ ਜਾਏ ਜਾਂ ਫਿਰ ਦੂਜੀ ਪਾਰਟੀ ਬਣ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਓਰਿਜਨਲ ਹੈ ਤੁਸੀਂ ਜਿਹੜੀ ਹੈ ਪੁਰਾਣੀ ਪਾਰਟੀ 'ਤੇ ਹੋ ਪਰ ਤੁਸੀਂ ਪ੍ਰਧਾਨ ਨਹੀਂ ਰਹੇ ਤੁਹਾਡੇ ਹੁਣ ਸੁਖਬੀਰ ਸਿੰਘ ਬਾਦਲ ਜੀ ਹਟਾ ਤੇ ਗਏ ਨੇ ਪ੍ਰਧਾਨ ਅਕਾਲੀ ਦਲ ਜਿਨ੍ਹਾਂ ਦੇ ਪੈਟਿਸ਼ਰਾ ਮਾਰ ਕੇ ਆਏ ਹੈ ਉਹਨਾਂ ਨਾਲ ਤਾਂ ਫੈਸਲਾ ਕਰਨੇ ਸਾਡਾ ਤਾਂ ਇਸ਼ੂ ਕੋਈ ਨੀ ਇਹਨਾਂ ਨਾਲ ਚਲੋ ਇਹ ਪਬਲਿਕ ਵਿੱਚ ਜਾਣ ਭੁਪਿੰਦਰ ਸਿੰਘ ਖਾਲਸਾ ਜੀ ਬੰਦੇ ਸ਼੍ਰੋਮਣੀ ਅਕਾਲੀ ਦਲ ਬੰਦੇ ਇਕੱਠੇ ਕਰੋ ਤੁਹਾਡੇ ਕੋਲ ਬੰਦੇ ਨਹੀਂ ਹੈਗੇ ਕਲੋਜ਼ਿੰਗ ਕਮੈਂਟਸ ਭੁਪਿੰਦਰ ਸਿੰਘ ਖਾਲਸਾ ਜੀ ਕਲੋਜ਼ਿੰਗ ਕਮੈਂਟਸ ਅਸੀਂ ਕਾਂਗਰਸ ਦਾ ਟੱਕਰ ਲੈ ਰਹੇ ਹਾਂ ਭੁਪਿੰਦਰ ਸਿੰਘ ਖਾਲਸਾ ਜੀ ਕਲੋਜ਼ਿੰਗ ਕਮੈਂਟਸ ਦੇਖੋ ਮੈਂ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸਮੇਂ ਦਾ ਇੰਤਜ਼ਾਰ ਕਰੋ ਅਸੀਂ ਥੋੜ੍ਹਾ ਸਮਾਂ ਮੰਗਦੇ ਹਾਂ ਔਰ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਉਹ ਸਮੇਂ ਨੇ ਦੇਣਾ ਨਾ ਕਿ ਗੱਲਾਂ ਨੇ ਦੇਣਾ ਠੀਕ ਹੈ ਸਾਡਾ ਜਿਹੜਾ ਕੰਮ ਆ ਜਿਹੜੀ ਸਾਨੂੰ ਵੀ ਉਡੀਕ ਰਹੇਗੀ ਉਸ ਸਮੇਂ ਦੀ ਝੰਡਾ ਚੁੱਕਿਆ ਬਿਲਕੁਲ ਜਿਹੜਾ ਕਾਫਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕਾਫਲਾ ਹੀ ਦੱਸੂਗਾ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਅਸਲੀ ਕਿਹੜਾ ਮਿਹਰਬਾਨੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹੜਾ ਮਿਹਰਬਾਨੀ ਮਿਹਰਬਾਨੀ ਉਪਿੰਦਰ ਸਿੰਘ ਖਾਲਸਾ ਜੀ ਮਿਹਰਬਾਨੀ ਸਤਪਾਲ ਸਿੰਘ ਬਰਾੜ ਜੀ ਤਮਾਮ ਪੈਨਲਿਸਟ ਜਿਹੜੇ ਸਾਡੇ ਨਾਲ ਜੁੜੇ ਸੀਗੇ ਮੈਂ ਸਾਰੇ ਆਪਣੇ ਕਾਲਰਸ ਤੋਂ ਵੀ ਇੱਥੇ ਮਾਫੀ ਚਾਹਾਂਗਾ ਜਿਨ੍ਹਾਂ ਦੀ ਕਾਲਸ ਮੈਂ ਪਿਕ ਨਹੀਂ ਕਰ ਪਾਇਆ ਪਰ ਤੁਸੀਂ ਈਮੇਲ ਰਾਹੀਂ ਮੈਨੂੰ ਆਪਣੇ ਸੁਨੇਹੇ ਲੈ ਕੇ ਭੇਜ ਸਕਦੇ ਹੋ harkirat@justbroadcasting.com info@justbroadcasting.com ਭਾਵੇਂ ਜਿਹੜੀ ਪਾਰਟੀ ਹੈ ਜਿਹੜੀ ਮਰਜ਼ੀ ਹੋਏ ਪੰਜਾਬ ਦੇ ਵਿੱਚ ਜਿਹੜੇ ਮਰਜ਼ੀ ਮਸਲੇ ਹੋਣ ਪੰਜਾਬ ਦੇ ਵਿੱਚ ਲੇਕਿਨ ਇਸ ਮੰਚ ਦੇ ਉੱਤੇ ਜਿਹੜੇ ਸਵਾਲ ਨੇ ਉਹ ਪੁੱਛੇ ਜਾਣਗੇ ਔਰ ਮੁੱਦੇ ਜਿਹੜੇ ਨੇ ਉਹ ਆਉਂਦੇ ਰਹਿਣਗੇ ਕਿਉਂਕਿ ਇਹੀ ਤਾਂ ਹੁੰਦਾ ਹੈ ਅੱਜ ਦਾ ਮੁੱਦਾ ਧੰਨਵਾਦ ਸਤਿ ਸ਼੍ਰੀ ਅਕਾਲ